ਸਤ ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਗੁੱਡ ਮਾਰਨਿੰਗ, ਵੈਲਫੇਅਰ ਕਲੱਬ 'ਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਤੁਹਾਨੂੰ ਲੈ ਚੱਲਦੇ ਹਾਂ ਡਾਕਟਰ ਪ੍ਰੀਤਮ ਛੋਕਰ, ਜੋ ਡਿਪਟੀ ਡਾਇਰੈਕਟਰ ਨੇ ਬਾਬਾ ਫਰੀਦ ਨਰਸਿੰਗ ਕਾਲਜ ਦੇ। ਅੱਜ ਉਹ ਟਾਈਫਾਈਡ ਬਾਰੇ ਤੁਹਾਡੇ ਨਾਲ ਇੱਕ ਨੁਕਤਾ ਸਾਂਝਾ ਕਰਨਗੇ। ਡਾਕਟਰ ਸਾਹਿਬ, ਟਾਈਫਾਈਡ ਬਾਰੇ ਲੋਕਾਂ ਦੇ ਵਿੱਚ ਬੜੇ ਭਰਮ ਭੁਲੇਖੇ ਹੈ ਕਿ ਕੋਈ ਵੀ ਬੁਖਾਰ ਹੋਵੇ ਉਸ ਤੋਂ ਬਾਅਦ ਟਾਈਫਾਈਡ ਜਿਹੜਾ ਉਹ ਆਪਣੇ ਆਪ ਬਣ ਜਾਂਦਾ, ਇਹੋ ਜਿਹੀ ਗੱਲ ਨਹੀਂ ਹੁੰਦੀ। ਟਾਈਫਾਈਡ ਜਿਹੜਾ ਉਹ ਸਾਲਮੋਨੇਲਾ ਟਾਈਫੀਸਸ ਇੱਕ ਬੈਕਟੀਰੀਆ ਜਿਹਦੇ ਕਰਕੇ ਹੁੰਦਾ, ਜੋ ਕਿ ਵਾਟਰਬੋਰਨ ਅਤੇ ਡਸਟਬੋਰਨ ਡਿਸੀਜ਼ ਹੈ। ਸਾਰੀ ਚੀਜ਼ਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਤਾਂ ਕਿ ਕੋਈ ਬੈਕਟੀਰੀਆ ਉਹਦੇ 'ਤੇ ਨਾ ਆਵੇ ਔਰ ਇਹ ਬਿਮਾਰੀ ਨਾ ਹੋਵੇ। ਇਹ ਜੇ ਬਿਮਾਰੀ ਹੋ ਜਾਣ, ਇਹਦੇ ਲੱਛਣ ਮੇਨ ਹੁੰਦੇ ਆ ਕਿ ਬੁਖਾਰ ਜਿਹੜਾ ਉਹ ਹਰ ਰੋਜ਼ ਇੱਕ ਇੱਕ ਡਿਗਰੀ ਵੱਧਦਾ ਰਹਿੰਦਾ ਹੈ, ਔਰ ਬੁਖਾਰ ਜਿਹੜਾ ਖਾਸ ਕਰ ਸਵੇਰ ਦੇ ਟਾਈਮ ਹੁੰਦਾ ਔਰ ਦੁਪਹਿਰੇ ਨੂੰ ਫਿਰ ਉੱਤਰ ਜਾਂਦਾ ਅਤੇ ਰਾਤ ਨੂੰ ਫਿਰ 2 ਵਜੇ ਤੋਂ ਬਾਅਦ ਹੋ ਕੇ ਅਤੇ ਫਿਰ ਇਸ ਤਰ੍ਹਾਂ ਇਹ ਮੇਨ ਲੱਛਣ ਹੁੰਦੇ ਆ ਇਹਦੇ। ਔਰ ਪੇਟ 'ਚ ਦਰਦ ਹੁੰਦਾ, ਉਲਟੀ ਆਉਣ ਨੂੰ ਵੀ ਹੁੰਦੀ ਹੈ, ਇਲਾਜ ਕੀ ਹੈ? ਖਾਂਸੀ ਵੀ ਹੁੰਦੀ ਹੈ। ਇਹਦਾ ਇਲਾਜ ਇਹ ਹੈ ਕਿ ਬੰਦੇ ਨੇ ਰੈਸਟ ਕਰਨੀ ਚਾਹੀਦੀ ਹੈ, ਹਲਕਾ ਫੁਲਕਾ ਬਿਲਕੁਲ ਖਾਣਾ ਖਾਣਾ ਚਾਹੀਦਾ, ਔਰ ਇਹਦੇ ਲਈ ਕੁਛ ਐਂਟੀਬਾਇਓਟਿਕ ਨੇ ਜਿਹੜੇ ਉਹ ਲੈ ਕੇ ਅਤੇ ਤੁਸੀਂ ਇਲਾਜ ਤੰਦਰੁਸਤ ਹੋ ਸਕਦੇ ਹੋ। ਵਾਹ ਜੀ ਵਾਹ, ਬਹੁਤ ਧੰਨਵਾਦ, ਬਹੁਤ ਧੰਨਵਾਦ। ਅਮਰਪਾਲ ਸਿੰਘ ਟੋਨੀ ਮੱਕੜ ਇੱਕ ਲੈ ਕੇ ਆਏ ਨੇ ਤੁਹਾਡੇ ਲਈ ਅਨਮੋਲ ਵਚਨ। ਹਾਂਜੀ, ਖੁਸ਼ੀ ਨੂੰ ਅੰਦਰੋਂ ਲੱਭਣਾ ਔਖਾ ਕੰਮ ਜ਼ਰੂਰ ਹੈ, ਪਰ ਖੁਸ਼ੀ ਨੂੰ ਅੰਦਰੋਂ ਲੱਭਣਾ ਔਖਾ ਕੰਮ ਜ਼ਰੂਰ ਹੈ, ਪਰ ਇਸ ਨੂੰ ਕਿਸੇ ਹੋਰ ਥਾਂ ਤੋਂ ਪਾ ਸਕਣਾ ਵੀ ਅਸੰਭਵ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਹੁਣ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਜੀ ਡਾਕਟਰ ਦੇਵਰਾਜ ਕੋਲ। ਡਾਕਟਰ ਦੇਵਰਾਜ ਜੀ ਵੀ ਸਿਹਤ ਤੰਦਰੁਸਤੀ ਲਈ ਇੱਕ ਨੁਕਤਾ ਸਾਂਝਾ ਕਰਨਗੇ। ਹਾਂਜੀ ਡਾਕਟਰ ਸਾਹਿਬ, ਮੇਰਾ ਅੱਜ ਦਾ ਵਿਸ਼ਾ ਹੈ ਬੱਚੇ ਦਾ ਤੁਤਲਾ ਕੇ ਬੋਲਣਾ ਤੇ ਉਸਦਾ ਘਰੇਲੂ ਇਲਾਜ। ਇਹ ਬਿਮਾਰੀ ਬਚਪਨ ਤੋਂ ਹੀ ਹੋ ਜਾਂਦੀ ਹੈ, ਲਗਭਗ ਇਹਦਾ ਕੋਈ ਇਲਾਜ ਨਹੀਂ ਹੈਗਾ, ਪਰ ਕਈ ਡਾਕਟਰ ਉਹਦਾ ਤਦੂਆ ਕੱਟ ਕੇ ਉਹ ਕਰ ਦਿੰਦੇ ਹਨ। ਇਹਦੇ ਵਾਸਤੇ ਮੇਰਾ ਟਰਾਈ ਕੀਤਾ ਆ, ਇੱਕ ਨੁਸਖਾ ਹੈ ਜਿਹੜਾ ਮੈਂ ਛੋਟਾ ਜਿਹਾ ਸ਼ੇਅਰ ਕਰ ਰਿਹਾ। ਸੌਂਫ, ਮਿਸ਼ਰੀ ਔਰ ਬਦਾਮ, ਸੌਂਫ, ਮਿਸ਼ਰੀ ਤੇ ਬਦਾਮ ਬਰਾਬਰ ਮਾਤਰਾ 'ਚ ਲੈ ਕੇ ਉਸ ਨੂੰ ਗ੍ਰਾਇੰਡ ਕਰ ਲਓ ਮਿਕਸੀ ਦੇ ਵਿੱਚ। ਉਹਨੂੰ ਕੱਪੜ ਛਾੜ ਕਰਕੇ ਰੋਜ਼ ਇੱਕ ਚਮਚਾ ਰੋਜ਼ ਬੱਚੇ ਨੂੰ ਦੁੱਧ ਨਾਲ ਦਿਓ। ਲਗਭਗ 3 ਮਹੀਨੇ, 4 ਮਹੀਨੇ, 6 ਮਹੀਨੇ ਦਿੰਦੇ ਰਹੋ, ਕੁਛ ਹੱਦ ਤੱਕ ਬਿਮਾਰੀ ਠੀਕ ਹੋ ਜਾਂਦੀ ਹੈ। ਵਾਹ ਜੀ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ। ਹੁਣ ਗੁਰਚਰਨ ਸਿੰਘ ਬੱਬੂ ਇੱਕ ਸ਼ੇਅਰ 2 ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ, ਜਿਹੜੀਆਂ ਪ੍ਰੇਰਨਾ ਸਰੋਤ ਹੋਣਗੀਆਂ। ਹਾਂਜੀ ਬੱਬੂ ਜੀ, ਜੋ ਜੁਗਤੇ ਹੈ ਜ਼ਿੰਦਗੀ ਮੇ, ਜੋ ਚੁਕਤੇ ਹੈ ਜ਼ਿੰਦਗੀ ਮੇ, ਵੋ ਬੁਝਦਿਲ ਨਹੀਂ ਹੋਤੇ, ਵੋ ਬੁਝਦਿਲ ਨਹੀਂ ਹੋਤੇ, ਯੇ ਹੁਨਰ ਹੋਤਾ ਹੈ ਉਨਕਾ, ਯੇ ਹੁਨਰ ਹੋਤਾ ਹੈ ਉਨਕਾ, ਹਰ ਰਿਸ਼ਤਾ ਨਿਭਾਨੇ ਕਾ, ਹਰ ਰਿਸ਼ਤਾ ਨਿਭਾਨੇ ਕਾ। ਕਿਆ ਬਾਤ ਹੈ, ਕਿਆ ਬਾਤ ਹੈ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਮੈਂ ਗੁਰਿੰਦਰ ਸਿੰਘ ਕੋਟਕਪੂਰਾ।